ਹਾਂ ਬਾਈ, ਮੈਂ ਧੂਰੀ ਨਾ ਟਰੈਕਟਰਾਂ ਦਾ ਕੰਮ ਸਿੱਖਣ ਲੱਗਿਆ। ਮੈਂ ਲਗਾਤਾਰ ਜੀ 5 ਸਾਲ ਸਾਈਕਲ 'ਤੇ ਧੂਰੀ ਜਾਂਦਾ ਰਿਹਾ। ਕਬੱਡੀ ਬਈ ਮੈਂ ਓਪਨ ਵੀ ਖੇਡੀ, ਪਹਿਲਾਂ ਵਜਨੀ ਕਬੱਡੀ ਵੀ ਖੇਡੀ, ਫਿਰ ਮੇਰਾ ਗੋਡਾ ਨਿਕਲਣ ਲੱਗ ਗਿਆ ਸੀ ਬਈ, ਇਹਦੇ ਕਰਕੇ ਫਿਰ ਕਬੱਡੀ ਤੋਂ ਹੌਲੀ ਹੌਲੀ ਦੂਰ ਹੁੰਦੇ ਹੁੰਦੇ ਮਾਸਟਰਾਂ ਤੋਂ ਚੋਰੀਆਂ ਅਸੀਂ ਬਾਗੇ ਭੱਜ ਕੇ। ਆ ਸਾਨੂੰ ਰਾਤ ਨੂੰ 9-10 ਵੱਜ ਗਏ, ਆਉਂਦੇ ਤਾਂ ਪਹਿਲਾਂ ਲਾਣੇਦਾਰ ਉਰੀਆਂ ਨੇ ਵਧੀਆ ਐਨ ਚੰਗੀ ਦਲੁੱਪੜੀ ਲਾਈ, ਉਹਨਾਂ ਨੇ ਵਧੀਆ ਸਿੱਲੇ, ਅਤੇ ਉਸ ਤੋਂ ਬਾਅਦ ਫਿਰ ਤੜਕੇ ਨੂੰ ਦੂਜੇ ਦਿਨ ਮਾਸਟਰਾਂ ਨੇ ਵਧੀਆ ਤਸੱਲੀ ਕਰਾਈ। ਮੱਝਾਂ ਦਾ ਕੰਮ ਜ ਮੈਂ ਕਰਦਾ ਰਿਹਾ, ਚਲੋ ਮੱਝਾਂ ਜੱਟਾਂ ਦਾ ਤੈਨੂੰ ਪਤਾ ਹੀ ਹੈ ਜੀ ਹੁੰਦੀਆਂ ਨੇ, ਮੈਨੂੰ ਲੋਕ ਬਥੇਰਾ ਕਹਿੰਦੇ ਕੱਟਿਆਂ ਵਾਲਾ, ਉਹਨਾਂ ਨੂੰ ਵੀ ਮੈਂ ਫਾਰਮ ਵਾਲੇ ਵੀਰਾਂ ਨੂੰ ਵੀ ਹੱਥ ਬੰਨ੍ਹ ਕੇ ਇੱਕ ਅਪੀਲ ਕਰਦਾ ਵੀ ਚਾਹੇ ਮਹਿੰਗਾ ਚਾਹੇ ਸਸਤਾ ਇੱਕ ਬੰਦਾ ਜ਼ਰੂਰ ਰੱਖ ਲਓ, ਬਾਹਰ ਅੰਦਰ ਗੇੜਾ ਕਢਾਵੋਗੇ ਉਹਦੇ ਨਾਲ ਨਾਲ ਤਾਂ ਤੁਹਾਡਾ ਬਜਟ ਘੱਟ ਜੂਗਾ। ਚਲੋ ਮੇਰੀ ਆਪਣੀ ਸੋਚ ਆ, ਜਿੱਥੋਂ ਤੱਕਰ ਵੀ ਮੇਰੀ ਆਪਦੀ ਬਰੀਡ ਆ ਜਿਹੜੀ, ਇਹ ਉਹ ਬੱਕਰੀਆਂ ਨੇ ਜੀ ਜਿਹੜੀਆਂ ਸਾਰੀਆਂ ਸੋਨਾ ਸਾਂਭ ਕੇ ਰੱਖਿਆ ਹੋਇਆ। ਕਈਆਂ ਦੇ ਵਹਿਮ ਤੀਗੇ, ਉਹ ਹੁਣ ਕਹਿੰਦੇ ਸੀ ਵੀ ਬੱਕਰੀਆਂ 'ਚੋਂ ਕੀ ਕਰ ਲੈਣਗੇ ਕੀ ਬਣੂਗਾ, ਉਹ ਹੁਣ ਵਹਿਮ ਠੀਕ ਹੈ ਕੱਢਣੇ ਨੇ, ਉਹ ਤਾਂ ਨਿਕਲ ਹੀ ਗਏ ਜੀ। ਭਾਈ ਜੀ ਸਾਰੇ ਵੀਰਾਂ ਨੂੰ ਪਿਆ ਪਰ ਅਸੀਂ ਕਾਰਵੇਂ ਸਾਰੇ ਠੀਕ ਠਾਕ ਹੋ। ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈਗੀ, ਬਹੁਤ ਵੀਰਾਂ ਦੇ ਮੈਨੂੰ ਫੋਨ ਵੀ ਆਏ ਨੇ ਅਤੇ ਮੈਸੇਜ ਵੀ ਆਏ ਨੇ ਵੀ ਮੇਜਰ ਬਾਈ ਦੀ ਨਾ ਘਰ ਵੀਡੀਓ ਬਣਾਓ, ਅਤੇ ਮੇਜਰ ਬਾਈ ਆਪਾਂ ਨੂੰ ਮਿਲ ਗਿਆ ਖੇਤਾਂ ਦੇ ਵਿੱਚ, ਆਪਦੇ ਖੇਤ ਦੇ ਵਿੱਚ ਬਾਈ ਜੀ, ਜਿੱਥੇ ਮੇਜਰ ਬਾਈ ਦਾ ਫਾਰਮ ਬਣਨ ਲੱਗਿਆ ਹੈਗਾ। ਗੱਲਬਾਤ ਕਰਦੇ ਹਾਂ ਮੇਜਰ ਬਾਈ ਨਾਲ ਅਤੇ ਮੇਜਰ ਬਾਈ ਦੀ ਜ਼ਿੰਦਗੀ ਦੇ ਬਾਰੇ ਵੀ, ਕਿੰਨਾ ਕੁਝ ਹੋਇਆ ਹੈਗਾ ਅਤੇ ਕਿਵੇਂ ਕੰਮ ਦੇ ਵਿੱਚ ਆਏ ਨੇ, ਸਾਰੀ ਗੱਲਬਾਤ ਕਰਾਂਗੇ ਆਪਾਂ। ਮਤਲਬ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ, ਚੱਲਦੀ ਵੀਡੀਓ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਬਾਈ ਸਤਿ ਸ਼੍ਰੀ ਅਕਾਲ ਜੀ। ਬਾਈ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਮੇਜਰ ਵੀਰ? ਬਹੁਤ ਵਧੀਆ ਵੀਰੇ, ਠੀਕ ਹੈ ਬਾਈ ਜੀ। ਪਹਿਲਾਂ ਤਾਂ ਜਿੰਨੇ ਵੀ ਮੇਰੇ ਭੈਣ ਭਾਈ, ਚਲੋ ਤੁਹਾਡੇ ਪ੍ਰਤੀ ਜੋ ਵੀ ਸਾਡੇ ਨਾਲ ਜੁੜੇ ਨੇ ਬਾਈ, ਤੁਹਾਡਾ ਬਹੁਤ ਦਿਲੋਂ ਜੀ ਆਇਆਂ ਧੰਨਵਾਦ ਕਰਦੇ ਹਾਂ। ਉਰੇ ਵੀਡੀਓ ਬਣਾਉਣ ਤੁਸੀਂ ਮੋਸਟ ਵੈਲਕਮ ਤੁਹਾਡਾ, ਠੀਕ ਹੈ ਜੀ। ਤੁਹਾਡੇ ਵੀਡੀਓ ਦੇ ਮਾਧਿਅਮ ਰਾਹੀਂ ਬਹੁਤ ਕੁਛ ਸਿੱਖਣ ਨੂੰ ਮਿਲਦਾ, ਲੋਕ ਜਿਹੜੀ ਮੇਰੀ ਨਵੀਂ ਜਰਨੇਸ਼ਨ ਆ ਇਹਨਾਂ ਨੂੰ ਖਾਸ ਕਰਕੇ ਬਹੁਤ ਕੁਛ ਸਿੱਖਣ ਨੂੰ ਮਿਲਦਾ। ਬੜੇ ਮੈਨੂੰ ਫੋਨ ਆਉਂਦੇ ਨੇ, ਅੱਜ ਵੀ ਮੇਰੇ ਭੈਣ ਭਾਈਆਂ ਦੇ ਘੱਟੋ ਘੱਟ ਮੈਨੂੰ 8-10 ਫੋਨ ਆਏ ਨੇ। ਠੀਕ ਆ, ਇਹਦੇ ਵਿੱਚ ਮੈਂ ਇੱਕ ਗੱਲ ਕਹਿਣਾ ਨਾ ਮੇਰੇ ਵੀਰਾਂ ਨੂੰ ਵੀ, ਜਦੋਂ ਕੋਈ ਵੀ ਬੱਕਰੀ ਮਾੜੀ ਢਿੱਲੀ ਮੱਠੀ ਆ ਬਾਈ, ਉਦੋਂ ਹੀ ਫੋਨ ਕਰ ਲਿਆ ਕਰੋ, ਠੀਕ ਆ। ਬਾਅਦ 'ਚ ਜਦੋਂ ਆਪਣਾ ਨੁਕਸਾਨ ਹੋ ਜਾਂਦਾ ਫਿਰ ਬਾਈ ਤਰਸੇਮ ਫੋਨ ਕਰਨ ਦਾ ਕੋਈ ਫਾਇਦਾ ਨਹੀਂ। ਸਹੀ ਗੱਲ, ਠੀਕ ਹੈ। ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਜੀ ਇਹ ਕੰਮ ਕਰਦੇ ਨੂੰ ਜੀ? ਬਾਈ ਮੈਨੂੰ ਐਂ ਹਿਸਾਬ ਲਾ ਲਓ ਵੀ ਮੈਨੂੰ ਬਚਪਨ ਤੋਂ ਹੀ ਸ਼ੌਂਕ ਆ ਇਹ ਚੀਜ਼ ਦਾ, ਠੀਕ ਆ। ਬਚਪਨ ਹੀ ਮੇਰਾ ਇਹ ਚੀਜ਼ ਦੇ ਵਿੱਚ, ਮੇਰਾ ਬਚਪਨ ਹੀ ਐਂ ਹਿਸਾਬ ਲਾ ਲਓ ਵੀ ਲੰਘ ਗਿਆ। ਆਏ ਕਦੋਂ ਹੁਣ ਇਹਦੇ ਵਿੱਚ ਕੰਮ ਦੇ ਵਿੱਚ ਆਉਣਾ? ਇਹ ਹੁਣ ਆਇਆਂ ਨੂੰ ਬਾਈ ਆਪਾਂ ਨੂੰ ਹੋ ਗਏ ਤਕਰੀਬਨ 15 ਸਾਲ ਹੋ ਗਏ ਬਾਈ ਤਰਸੇਮ। ਇਸ ਤੋਂ ਪਹਿਲਾਂ ਫਿਰ ਕਿੱਥੇ ਸੀਗੇ? ਪਹਿਲਾਂ ਮੈਂ ਫੋਰਨ 'ਚ, ਮੈਂ ਕੰਮ ਕਰੇ ਨੇ ਹੁਣ ਤੱਕ ਮੇਜਰ ਬਾਈ? ਪਹਿਲਾਂ ਬਾਈ ਮੈਂ ਸਟਾਰਟਿੰਗ ਦੇ ਵਿੱਚ ਮੈਂ ਪੜ੍ਹਾਈ ਕਰੀ। ਹਾਂਜੀ, ਕਿੰਨਾ ਪੜ੍ਹੇ ਹੋਏ ਹੋ? ਮੈਂ +2 ਕਰੀ ਜੀ। ਠੀਕ ਆ ਜੀ। +2 ਕਰਕੇ ਫਿਰ ਗ੍ਰੈਜੂਏਟ ਕਰੀ। ਉਸ ਤੋਂ ਬਾਅਦ ਜੀ ਫਿਰ ਮੈਂ ਕੀ ਕਰਿਆ, ਮੈਂ ਨਾ ਟਰੈਕਟਰਾਂ ਦਾ ਕੰਮ ਸਿੱਖਣ ਲੱਗਿਆ ਤਰਸੇਮ ਵੀਰ। ਹਾਂ ਬਾਈ, ਮੈਂ ਧੂਰੀ ਨਾ ਟਰੈਕਟਰਾਂ ਦਾ ਕੰਮ ਸਿੱਖਣ ਲੱਗਿਆ। ਮੈਂ ਲਗਾਤਾਰ ਜੀ 5 ਸਾਲ ਸਾਈਕਲ 'ਤੇ ਧੂਰੀ ਜਾਂਦਾ ਰਿਹਾ, ਅਤੇ ਸਵੇਰੇ ਮੈਂ 8 ਵਜੇ ਚੱਲ ਜਾਣਾ। 8 ਵਜਦੇ ਨੂੰ ਮੈਂ ਜਾ ਕੇ ਮਿਸਤਰੀ ਦੇ ਆਉਣ ਤੋਂ ਪਹਿਲਾਂ ਮੈਂ ਦੁਕਾਨ ਖੋਲ੍ਹਦਾ ਹੁੰਦਾ ਸੀ, ਆਪਣੇ ਬਿਜਲੀ ਗ੍ਰੈਡ ਦੇ ਕੋਲ ਦੁਕਾਨ ਹੁੰਦੀ ਸੀਗੀ। ਠੀਕ ਆ ਜੀ। ਅਤੇ ਉੱਥੇ ਅਸੀਂ ਨੇ ਦੁਕਾਨ ਖੋਲ੍ਹਣੀ ਅਤੇ ਸਾਰਾ ਲਾ ਕੇ ਚਾਬੀਆਂ ਸਾਫ਼ ਕਰਨੀਆਂ ਮਿਸਤਰੀ ਦੇ ਆਉਣ ਤੋਂ ਪਹਿਲਾਂ, ਝਾੜੂ ਝੂੜੂ ਸਭ A to Z। ਠੀਕ ਹੈ, ਚੇਲੇ ਵਾਲੇ ਕੰਮ? ਚੇਲੇ ਵਾਲੇ। 1 ਰੁਪਈਆ ਤਨਖਾਹ ਦਾ ਨਹੀਂ ਸੀ। ਅੱਛਾ, ਵੀ ਸਾਈਕਲ ਦਾ ਜਿਹੜਾ ਪੈਂਚਰ ਹੁੰਦਾ ਸੀ ਉਹ ਵੀ ਪੱਲਿਓਂ ਲਵਾਉਣਾ ਪੈਂਦਾ ਸੀ। ਠੀਕ ਹੈ, ਕਿੰਨੇ ਟਾਈਮ ਦੀ ਗੱਲ ਹੈਗੀ ਇਹ ਬਾਈ? ਟਾਈਮ ਦੀ ਤਾਂ ਤੁਸੀਂ ਐਂ ਮੰਨੋ ਵੀ ਹੋਊਗੀ ਘੱਟੋ ਘੱਟ ਬਾਈ, ਤੁਸੀਂ 20 ਸਾਲ ਦੀ ਗੱਲ ਬਾਈ। 20 ਸਾਲ ਦੀ ਗੱਲ? ਹਾਂਜੀ ਠੀਕ ਆ, 18-20 ਸਾਲ ਦੀ ਗੱਲ ਹੋਊ ਬਾਈ ਇਹ।
ਇੱਥੋਂ ਜਾਣਾ ਤਰਸੇਮ ਸਾਈਕਲ 'ਤੇ ਬਾਈ, ਰਾਤ ਨੂੰ ਮਿਸਤਰੀ ਨੇ ਛੱਡਣਾ ਜੀ 11 ਤੋਂ 12 ਵਜੇ, ਰਾਤ ਨੂੰ ਸਾਈਕਲ ਦੇ ਉੱਤੇ 11-12 ਵਜੇ ਇਕੱਲੇ ਨੇ ਘਰੇ ਆਉਣਾ। ਠੀਕ ਆ। ਇੱਕ ਮੁੰਡਾ ਹੋਰ ਸੀ ਮੇਰਾ ਯਾਰ ਦੋਸਤ, ਅਸੀਂ ਇੱਕ ਦੂਜੇ ਨੂੰ ਮੂਹਰੇ ਜਾਂਦੇ ਹੋਏ ਮੈਂ ਉਹਨੂੰ ਖਿੱਚ ਕੇ ਲਿਜਾਣਾ, ਮੁੜਦੇ ਹੋਏ ਉਹਨੇ ਮੈਨੂੰ ਲੈ ਕੇ ਆਉਣਾ। ਕਿਉਂ? ਐਂ ਕਹਿੰਦੇ ਸੀ ਵੀ ਇੱਕ ਜਣਾ ਜਾਂਦੇ ਹੋਏ ਲੈ ਕੇ ਜਾਊਗਾ, ਇੱਕ ਜਣਾ ਮੁੜਦੇ ਹੋਏ ਲੈ ਕੇ ਆਊਗਾ। ਠੀਕ ਆ। ਔਖਾ ਹੁੰਦਾ ਤੇ ਐਡਾ ਵੱਡਾ ਸਰੀਰ ਖਿੱਚਣਾ ਬਾਈ ਤਰਸੇਮ ਬਾਈ, ਉਦੋਂ ਤਾਂ ਮੈਂ ਜਮੀ ਐਂ ਹਿਸਾਬ ਲਾ ਲਓ ਵੀ ਮੇਰਾ ਵਜਨ ਹੀ ਸਾਰਾ 40-45 ਕਿਲੋ ਵੀ ਨਹੀਂ ਸੀ, 35-38 ਕਿਲੋ ਵਜਨ ਸੀ ਮੇਰਾ। ਨਾ ਨਾ ਬਾਈ, ਸ਼ੁਰੂ ਤੋਂ ਨਹੀਂ ਇਹੋ ਜਿਹਾ ਸੀ। ਮੈਂ 32 ਕਿਲੋ ਬਾਈ, 30 ਕਿਲੋ 32 ਕਿਲੋ ਮੈਂ ਕਬੱਡੀ ਖੇਡਦਾ ਰਿਹਾ ਪਹਿਲਾਂ ਸਟਾਰਟਿੰਗ 'ਚ। ਠੀਕ ਹੈ। ਦੁਕਾਨ ਪਾਈ ਕਿ ਨਾ ਉਸ ਤੋਂ ਬਾਅਦ ਬਾਈ ਸਿੱਖ ਕੇ, ਇਹ ਦੱਸੋ ਪਹਿਲਾਂ। ਦੁਕਾਨ ਤਾਂ ਤੁਹਾਨੂੰ ਦੱਸਦਾ ਜੀ, ਫਿਰ ਮੈਂ ਨਾ 3 ਸਾਲ ਰੱਖੀ ਦੁਕਾਨ ਜੀ ਆਪਣੀ, ਆਪਦੀ ਦੁਕਾਨ ਜੀ। ਆਪਦੀ ਦੁਕਾਨ ਕਰਨ ਤੋਂ ਬਾਅਦ ਉਸ ਤੋਂ ਬਾਅਦ ਮੇਰੇ ਕੀੜਾ ਉੱਠ ਖੜਿਆ ਬਾਹਰ ਜਾਣ ਦਾ। ਫਿਰ ਮੈਂ ਸਟਾਰਟਿੰਗ ਦੇ ਵਿੱਚ 2005 ਦੇ ਵਿੱਚ ਜੀ ਗਿਆ ਸਿੰਗਾਪੁਰ। ਸਿੰਗਾਪੁਰ ਹਾਂ, 4 ਦੇ ਲਾਸਟ 'ਚ, 5 ਦੀ ਸਟਾਰਟਿੰਗ 'ਚ। ਫਿਰ ਉੱਥੋਂ ਹੌਲੀ 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 ਕਰਦਾ ਮੈਂ ਗਾਂਹ ਗਿਆ, ਕੈਨੇਡਾ ਪਹੁੰਚ ਗਿਆ। ਠੀਕ ਆ। ਕੈਨੇਡਾ ਤੋਂ ਫਿਰ 2011 ਦੇ ਵਿੱਚ ਵਾਪਸੀ ਫਿਰ ਇੱਧਰ ਨੂੰ ਕਰ ਲਈ। ਠੀਕ ਆ। ਡੌਂਕੀ ਡੌਂਕੀ ਤਾਂ ਲਾਈ ਹੈਗੀ? ਨਾ, ਡੌਂਕੀ ਨਹੀਂ ਲਾਈ ਬਾਈ, ਉਦੋਂ ਤਾਂ 1 ਨੰਬਰ 'ਤੇ ਹੀ ਕੰਮ ਹੁੰਦੇ ਸੀ। ਜਿਹੜਾ ਮੇਰਾ ਪਾਸਪੋਰਟ ਬਣਿਆ ਹੋਇਆ ਉਹ ਵੀ ਰਾਸ਼ਨ ਕਾਰਡ 'ਤੇ ਬਣਿਆ ਹੋਇਆ, ਉਦੋਂ ਕੋਈ ਐਡਾ ਨਹੀਂ ਇਸ਼ੂ ਹੁੰਦਾ ਸੀਗਾ। ਉਦੋਂ ਤਾਂ ਰਾਸ਼ਨ ਕਾਰਡ 'ਤੇ ਦੇਖ ਕੇ ਜੇ ਹਾਂ ਵੀ ਕਿੰਨੀ ਡੇਟ ਆਫ ਬਰਥ ਆ, ਘੱਟ ਆ, ਚਲੋ ਜੀ ਇੰਨੀ ਬਣਾ ਦਿਉ, ਤੁਹਾਡਾ ਪਾਸਪੋਰਟ ਬਣ ਜੂ, ਉਦੋਂ ਇਹ ਸਿਸਟਮ 'ਤੇ। ਉੱਥੇ ਕਿੰਨਾ ਟਾਈਮ ਰਹੇ ਫਿਰ ਬਈ ਬਾਹਰ? ਬਾਹਰ ਮੈਂ ਰਿਹਾ ਜੀ ਲਗਾਤਾਰ 6 ਸਾਲ ਲਾਏ ਜੀ ਮੈਂ, 6 ਸਾਲ, 5-6 ਸਾਲ। ਫਿਰ ਮੈਂ 2008 ਦੇ ਵਿੱਚ ਛੁੱਟੀ ਆਇਆ ਜੀ। ਛੁੱਟੀ ਆਉਣ ਤੋਂ ਬਾਅਦ ਫਿਰ ਮੈਂ ਚਲ ਗਿਆ, 1.5 ਮਹੀਨੇ ਦੀ ਛੁੱਟੀ ਕੱਟ ਕੇ ਫਿਰ ਨਹੀਂ ਮੈਂ ਆਇਆ। ਫਿਰ 2011 ਦੇ ਐਂਡ 'ਚ ਫਿਰ ਮੈਂ ਪੱਕੇ ਹੀ ਆ ਗਿਆ। ਠੀਕ ਠੀਕ ਜੇ ਨਾਮ ਹੁੰਦੇ ਸੀਗੇ, ਚਲੋ ਐ ਹੁੰਦਾ ਸੀਗਾ, ਖਰਚੇ ਪੱਤੇ ਘਰੋਂ ਚੱਲ, ਉਦੋਂ ਤਾਂ ਜੇ ਕਬੱਡੀ ਖੇਡਣ ਵਗ ਜਾਂਦੇ ਉਹੀ ਸਾਡਾ ਮੈਚ ਸੀਗਾ, ਮੇਰੇ ਜ਼ਿੰਦਗੀ ਦੇ ਵਿੱਚ ਯਾਦ ਰਹੂਗਾ ਉਹ ਮੈਚ। ਅਤੇ ਅਸੀਂ 3 ਜਣੇ ਸੀ ਸਾਡੀ ਟੀਮ ਦੇ ਵਿੱਚ, ਅਤੇ ਬਾਕੀ ਸਾਡੇ ਬੰਦਿਆਂ ਦਾ ਵਜ ਨਹੀਂ ਸੀ, ਵੇਟ ਨਹੀਂ ਆਇਆ, ਮਾਸਟਰਾਂ ਤੋਂ ਚੋਰੀਓਂ ਅਸੀਂ ਬਾਗੇ ਭੱਜ ਕੇ। ਆ ਸਾਨੂੰ ਰਾਤ ਨੂੰ 9-10 ਵੱਜ ਗਏ ਆਉਂਦੇ, ਤਾਂ ਪਹਿਲਾਂ ਲਾਣੇਦਾਰ ਉਰੀਆਂ ਨੇ ਵਧੀਆ ਐਨ ਚੰਗੀ ਦਲੁੱਪੜੀ ਲਾਈ, ਉਹਨਾਂ ਨੇ ਵਧੀਆ ਸਿੱਲੇ, ਅਤੇ ਉਸ ਤੋਂ ਬਾਅਦ ਫਿਰ ਤੜਕੇ ਨੂੰ ਦੂਜੇ ਦਿਨ ਮਾਸਟਰਾਂ ਨੇ ਵਧੀਆ ਤਸੱਲੀ ਕਰਾਈ। ਕਿਉਂ? ਅੱਗੇ ਕਬੱਡੀ ਨੂੰ ਕੋਈ ਇੰਨਾ ਪ੍ਰਮੋਟ ਨਹੀਂ ਕਰਦਾ ਸੀ, ਸਾਈਕਲਾਂ 'ਤੇ ਗਏ ਬਈ, ਉਦੋਂ ਐਂ ਹਿਸਾਬ ਲਾ ਲਾ ਵੀ ਸਾਈਕਲ ਏ ਜਹਾਜ਼ ਸੀ। ਸਹੀ ਗੱਲ ਹੈ। ਹੁਣ ਤੁਹਾਨੂੰ ਪਤਾ ਹੀ ਆ ਬਈ, ਫਿਰ ਚਲੋ ਜੋ ਬੱਕਰੀਆਂ ਕਿੰਨੀਆਂ ਰੱਖੀਆਂ ਹੋਈਆਂ ਬਈ? ਫਿਰ ਹੁਣ ਬੱਕਰੀਆਂ ਆਪਣੇ ਕੋਲ ਹੈਗੀਆਂ ਨੇ ਤਰਸੇਮ, ਹੁਣ ਨਾ ਨਾ ਕਰਦੇ 80-90 ਬੱਕਰੀਆਂ ਨੇ ਬਈ। ਠੀਕ ਆ। ਬਾਹਰੋਂ ਆ ਕੇ ਫਿਰ ਇਹਦਾ ਔਖਾ ਜਿਹਾ ਨਹੀਂ ਲੱਗਿਆ ਯਾਰ? ਕਿਉਂਕਿ ਫਿਰ ਇਹ 'ਚ ਇੰਨੀ ਕਮਾਈ ਹੈ ਨਹੀਂ, ਉੱਧਰ ਵੀ ਬਿਨਾਂ ਹੋਵਾ ਗਈ ਵੱਧ ਕਮਾਈ ਆ ਫਿਰ ਵੀ, ਹੈ ਨਾ ਬਈ? ਕਮਾਈ ਤਾਂ ਤਰਸੇਮ ਦੇਖ, ਉੱਧਰ ਵੀ ਉੱਨੀ ਹੋਈ ਆ, ਇੱਧਰ ਵੀ ਇੰਨੀ ਆ, ਇੱਧਰ ਵੀ ਉੱਨੀ ਆ। ਠੀਕ ਆ। ਹੁਣ ਤੁਸੀਂ ਐਂ ਹਿਸਾਬ ਲਾ ਲਓ ਵੀ ਬਈ, ਜੇ 50 ਬੱਕਰੀਆਂ ਨੇ, ਤੁਹਾਨੂੰ ਮੋਟੀ ਜਿਹੀ ਉਦਾਹਰਨ ਦਿੰਦਾ, 50 ਦੇ ਵਿੱਚੋਂ ਜੇ 2 ਮੇਮਣੇ ਆਪਾਂ ਹਰੇਕ ਦੇ ਲਾ ਕੇ ਚੱਲੀਏ ਤਾਂ 100 ਮੇਮਣਾ ਹੋ ਗਿਆ। 100 ਮੇਮਣਾ ਹੋ ਗਿਆ। ਤੁਸੀਂ 100 ਨੂੰ ਛੱਡ ਦਿਓ ਜੀ, ਤੁਸੀਂ 80 ਲਾ ਲਓ, 80 ਲਾ ਲਈਏ। ਤੁਸੀਂ ਜੰਮ ਦਾ, ਜੇ ਤੁਸੀਂ ਬਰੀਡ ਦੇ ਉੱਤੇ ਕੰਮ ਕਰਦੇ ਹੋ, ਜੰਮ ਦਾ 15-16 ਹਜ਼ਾਰ ਦਾ ਮੇਮਣਾ ਵਿਕਦਾ। ਠੀਕ ਆ। ਬਰੀਡਿੰਗ ਵਾਲਾ, ਬਰੀਡਿੰਗ ਵਾਲਾ, ਜਿਹੜੇ ਚੈਂਪੀਅਨ ਬਣਦੇ ਨੇ ਬੱਚੇ। ਠੀਕ ਆ।
ਹੁਣ 5-7 ਹਜ਼ਾਰ ਤੋਂ ਤਾਂ ਆਮ ਹੀ ਦੇਸੀ ਸਟਾਰਟ ਹੋ ਜਾਂਦਾ। ਠੀਕ ਆ ਠੀਕ ਆ, 10-15 ਹਜ਼ਾਰ ਰੁਪਏ ਦਾ ਮੇਮਣਾ ਜਿਹੜਾ ਵਧੀਆ ਆਪਾਂ ਕੁਆਲਿਟੀ ਦਾ ਉਹ ਕਰਦੇ ਹਾਂ ਅਤੇ ਉਹ ਹੋ ਜਾਂਦਾ। ਅਤੇ ਹੁਣ ਤੁਸੀਂ ਐਂ ਹਿਸਾਬ ਲਾ ਲਓ ਵੀ 80 ਮੇਮਣਿਆਂ ਦਾ 10 ਹਜ਼ਾਰ ਨੂੰ ਇਹ ਲਾ ਲਓ, ਸਹੀ ਗੱਲ ਹੈ, 8 ਲੱਖ ਰੁਪਏ ਹੋ ਗਿਆ। 8 ਲੱਖ ਰੁਪਈਆ ਹੋ ਗਿਆ ਜੀ, ਸਾਲ 'ਚ ਇਹ 2 ਵਾਰ ਸੁਣਦੀਆਂ ਨੇ। ਠੀਕ ਆ, ਸਾਲ ਦੀ ਇਨਕਮਿੰਗ ਤੁਸੀਂ ਐਂ ਹਿਸਾਬ ਲਾ ਲਓ ਵੀ 16 ਲੱਖ ਰੁਪਈਆ ਹੋਊਗੀ। ਠੀਕ ਆ ਜੀ, ਠੀਕ ਆ, 16 ਨੂੰ ਤੁਸੀਂ ਐਂ ਮੰਨ ਕੇ ਚੱਲੋ ਵੀ ਜੇ ਜ਼ਿਆਦਾ ਨਹੀਂ ਤਾਂ ਤੁਸੀਂ 6 ਲੱਖ ਰੁਪਈਆ ਨਹੀਂ ਤਾਂ 5 ਲੱਖ ਰੁਪਈਆ ਇਹਨਾਂ ਦਾ ਖਰਚੇ ਦਾ ਕੱਢ ਦਿਓ। 10 ਲੱਖ ਰੁਪਏ ਕਮਾਈ, 11 ਲੱਖ ਰੁਪਈਆ ਜੀ ਆਪਾਂ ਨੂੰ ਬਚ ਗਿਆ। ਠੀਕ ਆ, ਸਾਲ ਦਾ। ਹੁਣ ਮੇਰੀ ਗੱਲ ਸੁਣੋ ਜੀ, 50 ਬਿਘੇ ਵਾਲਾ ਬੰਦਾ ਕੋਈ ਵੀ, ਮੈਂ ਨਹੀਂ ਕਹਿੰਦਾ ਚੱਲ ਜ਼ਿਮੀਦਾਰ ਹਾਂ ਮੈਂ ਵੀ, ਸਾਡੀਆਂ ਮਜ਼ਬੂਰੀਆਂ ਨੇ ਖੇਤੀ ਕਰਨੀ ਤਰਸੇਮ ਵੀਰੇ, ਅਤੇ ਕੋਈ ਵੀ 50 ਬਿਘੇ ਵਾਲਾ ਪੈਲੀ ਵਾਲਾ ਮੈਨੂੰ ਐਂ ਕਹਿ ਕੇ ਦਿਖਾਵੇ ਮੇਰਾ ਭੈਣ ਭਾਈ ਵੀ ਮੈਨੂੰ ਸਾਲ ਦੇ ਵਿੱਚੋਂ 11 ਲੱਖ ਰੁਪਈਆ ਫਸਲ ਦੇ ਵਿੱਚੋਂ ਬਚ ਗਿਆ। ਠੀਕ ਆ, ਜ਼ਮੀਨ ਹੈਗੀ ਆਪਣੇ ਕੋਲ? ਜ਼ਮੀਨ ਹੈਗੀ ਆ ਵੀਰੇ। ਕਿੰਨੀ ਜ਼ਮੀਨ ਕਰਦੇ ਹੋ ਬਈ? ਜ਼ਮੀਨ ਅਸੀਂ ਕਰਦੇ ਹਾਂ ਜੀ ਉਰੇ 70 ਬਿਘੇ। 70 ਬਿਘੇ, ਹਾਂ, ਆਪਣੀ ਆਪਣੀ ਕਰਦੇ ਹਾਂ ਬਈ, ਠੇਕੇ ਤੇ ਨਹੀਂ ਅਸੀਂ ਵਾਹਣ ਕਰਦੇ। ਠੀਕ ਆ ਜੀ, ਕਿੱਧਰ ਵੱਧ ਫਾਇਦਾ ਬਈ ਫਿਰ? ਆਹ ਜਿਹੜੀ ਪੈਲੀ 'ਚ ਬੈਠੇ ਹਾਂ ਜੀ ਇਹ ਵੀ ਆਪਣੀ ਹੋਈ ਆ, ਅਤੇ ਇਹ ਆਪਣੇ ਚਾਚੇ ਦੇ ਮੁੰਡੇ ਦੀ ਆ ਗਈ ਜਿਹੜੀ, ਆਹ ਇੱਦੋਂ ਆਪਣੇ ਆਹ ਜਿੱਥੇ ਫਾਰਮ ਸੈੱਟ ਹੋ ਸੈਟਅਪ ਬਣ ਰਿਹਾ ਇੱਥੋਂ ਲਾ ਕੇ ਜੀ ਰੋਡ ਦੇ ਉੱਤੇ ਲੱਗਦੀ ਆ ਇਹ ਆਪਣੀ, ਉਹ ਸਿਰੇ ਤੱਕਰ ਪਿੰਡ ਤੇ ਫਰੰਟ ਸਾਰਾ ਆਪਣਾ ਹੀ ਆ ਇਹ। 5 ਕਿੱਲਿਆਂ ਦਾ ਫਰੰਟ ਇੱਧਰ ਨੂੰ ਹੋ ਜਾਂਦਾ, ਐ ਨੂੰ ਵਗ ਜਾਂਦੀ ਆ, ਇਕੱਠਾ ਇੱਕ ਥਾਵੇਂ ਟੱਕਾ ਜੀ, ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਆਪਣੇ ਘਰ ਨੇ। ਠੀਕ ਆ, ਐ ਨਹੀਂ ਕਿਹਾ ਵੀ ਇੰਨੀ ਜ਼ਮੀਨ ਹੈਗੀ ਕਿੱਥੇ ਤੂੰ ਇੱਧਰ ਮੱਥਾ ਮਾਰ ਰਿਹਾ ਬਈ ਬੱਕਰੀਆਂ ਦੇ ਵਿੱਚ? ਬੜਾ ਜੀ ਲੋਕਾਂ ਨੇ, ਪਹਿਲਾਂ ਮੈਂ ਜੀ ਮੱਝਾਂ ਦਾ ਕੰਮ ਕਰਦਾ ਹੁੰਦਾ ਸੀਗਾ, ਮੱਝਾਂ ਦਾ ਕੰਮ ਵੀ ਕੀਤਾ, ਮੱਝਾਂ ਦਾ ਕੰਮ ਜ ਮੈਂ ਕਰਦਾ ਰਿਹਾ। ਚਲੋ ਮੱਝਾਂ ਜੱਟਾਂ ਦਾ ਤੈਨੂੰ ਪਤਾ ਹੀ ਆ ਜੀ ਹੁੰਦੀਆਂ ਨੇ, ਮੈਨੂੰ ਲੋਕ ਬਥੇਰਾ ਕਹਿੰਦੇ ਕੱਟਿਆਂ ਵਾਲਾ, ਕਿਉਂ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਇਹ ਗੱਲਾਂ ਹੁੰਦੀਆਂ ਹੀ ਹੁੰਦੀਆਂ ਨੇ ਮੋਸਟਲੀ, ਤੁਸੀਂ ਆਪ ਹੋ ਤੇ ਹੁਣ ਵੀ ਬੜੇ ਲੋਕ ਬੱਕਰੀਆਂ ਵਾਲਾ ਯਾਰ ਇਹਦੇ ਚੋਂ ਸਮੈਲ ਆਉਂਦੀ ਆ, ਇਹ ਤੇਰੇ ਕੰਮ ਕਰਨ ਵਾਲਾ ਤੂੰ ਵਧੀਆ ਚੱਲ ਵਧੀਆ ਕੰਮ ਕਰਦਾ ਸੀ ਆਪਦਾ ਸੈੱਟ ਸੀ ਬਾਹਰੇ ਵਗ ਜਾ ਬਾਹਰੇ। ਕੱਲ ਵੀ ਹਜੇ ਮੇਰੇ ਸਾਲੇ ਦਾ ਫੋਨ ਆ ਕੇ ਹਟਿਆ ਬਈ, ਕਹਿੰਦਾ ਤੂੰ ਕਾਹਨੂੰ ਇਹ ਚੱਕਰਾਂ 'ਚ ਪਿਆ ਵੀ ਚਲੋ ਤੁਸੀਂ ਉਰੇ ਆ ਜਾਓ, ਤੇ ਮੈਂ ਕਿਹਾ ਵੀ ਨਹੀਂ ਬਈ ਮੈਂ ਉਰੇ ਸੈੱਟ ਹਾਂ ਵੀ ਵਧੀਆ ਮੇਰਾ, ਚਲੋ ਰੋਜੀ ਰੋਟੀ ਤੇ ਲੱਗੇ ਹੋਏ ਆ ਆਪਦਾ ਵਧੀਆ ਕਿੱਤੇ ਤੇ ਕੰਮ ਕਰਦੇ ਆ ਆਪਦਾ ਕੰਮ ਆ, ਇਹ ਮੇਨ ਗੱਲ ਹੈਗੀ ਬਈ। ਆਹ ਦੇਖੋ ਚਲੋ ਆਪਾਂ ਕਿਸੇ ਨੂੰ ਨਾਲ ਨਹੀਂ ਕਿਸੇ ਨੂੰ ਤਰਸੇਮ ਮਾੜਾ ਚੰਗਾ, ਕਿਸੇ ਸਾਰੀ ਦੁਨੀਆ ਮੇਰੇ ਨਾਲੋਂ ਚੰਗੀ ਆ, ਮੈਂ ਸਭ ਨਾਲੋਂ ਮਾੜਾ, ਕੇਰਾਂ ਇਹਨਾਂ ਨੂੰ ਕਰਮ ਵਾਲੀਆਂ ਨੂੰ ਛੱਡ ਲਾ, ਮੁੜ ਕੇ ਐਂ ਹਿਸਾਬ ਲਾ ਲਾ ਵੀ ਕੇਰਾਂ ਇਹਨਾਂ ਨੂੰ ਫੇਰਾ ਤੋਰਾ ਕਰਾ ਲਾ, ਫਰੀ ਆਫ ਕੋਸਟ ਵੀ ਆਪਾਂ ਬੱਕਰੀਆਂ ਪਾਲ ਸਕਦੇ ਹਾਂ। ਠੀਕ ਆ ਠੀਕ ਆ, ਆਪਾਂ ਨੂੰ ਇਹਨਾਂ ਨੂੰ ਰੁਪਈਆ ਇਹਨਾਂ 'ਤੇ ਲਾਉਣ ਦੀ ਲੋੜ ਨਹੀਂ, ਜਿਹੜੇ ਹੁਣ ਚਲੋ ਫਾਰਮ ਸੈੱਡ ਬਣੇ ਨੇ ਉਹਦਾ ਚਲੋ ਮਜ਼ਬੂਰੀ ਆ, ਉਹਨਾਂ ਨੂੰ ਵੀ ਮੈਂ ਫਾਰਮ ਵਾਲੇ ਵੀਰਾਂ ਨੂੰ ਵੀ ਹੱਥ ਬੰਨ ਕੇ ਇੱਕ ਅਪੀਲ ਕਰਦਾ ਵੀ ਚਾਹੇ ਮਹਿੰਗਾ ਚਾਹੇ ਸਸਤਾ ਇੱਕ ਬੰਦਾ ਜ਼ਰੂਰ ਰੱਖ ਲਓ, ਬਾਹਰ ਅੰਦਰ ਗੇੜਾ ਕਢਾਵੋਗੇ ਉਹਦੇ ਨਾਲ ਨਾਲ ਤਾਂ ਤੁਹਾਡਾ ਬਜਟ ਘੱਟ ਜੂਗਾ, ਠੀਕ ਆ, ਤੁਹਾਡੇ ਜਿਹੜੀ ਇਨਕਮਿੰਗ ਆ ਉਹ ਵੱਧ ਜੂਗੀ ਅਤੇ ਜਿਹੜਾ ਖਰਚਾ ਹੈਗਾ ਉਹ ਘੱਟ ਜੂਗਾ। ਆਪਾਂ ਕਿੰਨਾ ਟਾਈਮ ਗੇੜਾ ਕਢਾਉਣੇ ਆ ਇਹਨੂੰ? ਅਸੀਂ ਵੀਰੇ ਸੁਬਹਾ ਖੋਲ ਲੈਂਦੇ ਹਾਂ ਸ਼ਾਮ ਨੂੰ 6 ਵਜੇ ਤੱਕਰ, ਝੂਠ ਬੋਲੀਏ ਵੀ ਘੱਟ ਖੋਲਦੀਆਂ ਨੇ, ਕਿਉਂ ਤੁਹਾਨੂੰ ਪਤਾ ਭੱਜ ਦੌੜ ਬਹੁਤ ਹੈ ਇੱਧਰ ਕੰਮ ਮਿਸਤਰੀ ਦਾ ਜੀ, ਹੁਣ ਤੁਹਾਨੂੰ ਪਤਾ ਵੀ 8-10 ਮਜ਼ਦੂਰ ਨੇ 2 ਮਿਸਤਰੀ ਨੇ, ਇਕੱਲੇ ਬੰਦੇ ਤੋਂ ਤੁਹਾਨੂੰ ਪਤਾ ਤਰਸੇਮ ਸਮਾਨ ਨਹੀਂ ਇਕੱਠਾ ਹੁੰਦਾ, ਠੀਕ ਆ ਜੀ, ਕਦੇ ਸਰੀਆ ਆ ਗਿਆ ਕਦੇ ਇੱਟ ਆ ਗਈ ਜੀ, ਐਂ ਚੱਲਦਾ ਜੀ ਕੰਮ। ਦਿਖਾਈਏ ਬੱਕਰੀਆਂ? ਹਾਂਜੀ ਹਾਂ, ਵੀ ਬਣੇ ਰਹੋ ਵੀਡੀਓ ਵਿੱਚ, ਤੁਹਾਨੂੰ ਬੱਕਰੀਆਂ ਦਿਖਾਉਣਗੇ, ਆ ਜਾਓ ਵੀ ਦੋਸਤੋ, ਤੁਹਾਨੂੰ ਬੱਕਰੀਆਂ ਦਿਖਾਉਣਗੇ ਮੇਜਰ ਬਾਈ ਦੀਆਂ, ਦੱਸੋ ਬਾਈ ਜੀ ਇਹਦੇ ਬਾਰੇ ਜੀ। ਇਹ ਬਾਈ ਤਰਸੇਮ ਹਜੇ ਨਵੀਂ ਪੱਠ ਆ ਜੀ, ਅੱਛਾ,
ਚੈੱਕ ਕਰ ਸਕਦੇ ਹੋ, ਛੇ ਦੰਦ ਬੱਕਰੀ ਹੈਗੀ, ਅੱਠ ਦੀ ਕੁਆਲਿਟੀ ਚੈੱਕ ਕਰੋ ਜੀ, ਦੇਖ ਸਕਦੇ। ਇਹ ਗੱਬਣ ਆ ਗਈ, ਗੱਬਣ ਆ ਜੀ। ਕਿੰਨੇ ਵਾਰ ਸੂ ਪੀ ਬਈ ਇਸ ਤੋਂ ਪਹਿਲਾਂ? ਇਹ ਬਾਈ ਇੱਕ ਪਹਿਲਾਂ ਸੂਆ ਦਿੱਤਾ ਇਹਨੇ, ਇੱਕ ਹੋਣਾ ਗਾ, ਇੱਕ ਹੋਣਾ ਇਹਦਾ ਦੂਜਾ ਸੂਆ। ਦੇਖ ਸਕਦੇ ਹੋ ਬੱਕਰੀ, ਚੰਗੀ ਬੱਕਰੀ ਹੈਗੀ, ਗਰਦਨ ਬਹੁਤ ਲੰਮੀ ਹੈ ਨਾ ਬਈ। ਬਈ ਜਿਹਨੂੰ ਕਹਿੰਦੇ ਨੇ ਪਾਕਿਸਤਾਨੀ ਬੀਟਲ, ਉਹ ਆ ਇਹ। ਸਹੀ ਗੱਲ ਬੱਬੂ, ਦਿਖਾ ਦੇ ਸਮਾਰ ਕੇ ਕਮਾ ਕੇ ਨਾ। ਇਹ ਰਵਾ ਬਹੁਤ ਘੱਟ ਰਹਿ ਗਿਆ ਬਈ ਆਪਣੇ ਪਤਲੇ ਪਿੰਡੇ ਦੀ ਹੈਗੀ, ਪਤਲੇ ਪਿੰਡੇ ਦੀ ਬਈ। ਪੂੰਸ ਦੇਖੋ ਕਿੰਨੀ ਲੰਮੀ ਆ। ਸਹੀ ਗੱਲ ਆ ਬਈ, ਠੀਕ ਆ, ਪੂੰਸ ਦੀ ਆ ਬਈ ਨਾ, ਲੰਮੀ ਪੂੰਸ ਦੀ ਆ ਬਈ। ਲੈ ਬਈ ਤੇ ਬੱਕਰਾ ਦੇਖਾ, ਆ ਬੱਚਾ ਚੈੱਕ ਕਰੋ ਜੀ, ਇਹ ਕਿੰਨੇ ਦੰਦ ਆ ਬਈ? ਇਹ ਚਾਰ ਦੰਦ ਹੋ ਗਿਆ ਜੀ। ਲੈ ਬਈ ਚਾਰ ਦੰਦ, ਹਾਂ ਚੈੱਕ ਕਰ ਸਕਦੇ ਆ, ਚਾਰ ਦੰਦ ਬੱਕਰਾ ਬਈ ਦੇਖ ਸਕਦੇ ਹੋਗੇ। ਇਹ ਲੋਹਾ ਜਿਹਾ ਰੰਗ ਆਇਆ, ਇਹ ਲੋਹਾ ਪੱਕਾ ਲੋਹਾ ਜੀ, ਪੱਕਾ ਲੋਹਾ ਕਲਰ ਆ ਨਾ, ਮੂੰਹ ਦੇਖ ਸਕਦੇ ਹੋ। ਹਾਈਟ ਕਿੰਨੀ ਹੋਊ ਬਈ ਇਹਦੀ? 38-39 ਗਾਣਾ, 39 ਇੰਚ ਹਾਈਟ ਹੋਊ ਬਈ ਆਰਾਮ ਨਾਲ। ਜਦੋਂ ਨੂੰ ਇਹਨੇ ਛੇ ਦੰਦ ਹੋਣਾ, ਤਰਸੇਮ 40-41 ਇਹਨੇ ਆਰਾਮ ਨਾਲ 40-41 ਕਰ। ਆਹ ਚੀਜ਼ ਚੈੱਕ ਕਰੋ ਜੀ ਇਹਦੀ, ਲੈ ਆਹ ਚਾਲਰ ਚੈੱਕ ਕਰੋ, ਇਹ ਵੀ ਦੇਖ ਸਕਦੇ ਹੋਗੇ। ਆਹ ਨੱਕ ਦੀ ਆਹ ਚੀਜ਼ ਦੇਖੋ ਜੀ, ਇਧਰੋਂ ਸਾਤੀ ਚੈੱਕ ਕਰੋ ਜੀ, ਦੱਸੋ ਮੈਂ ਇਹਦੇ ਬਾਰੇ ਜੀ। ਖੀਰੀ ਪੱਠਾ ਬਾਈ, ਲੈ ਖੀਰੀ ਪੱਠਾ ਕੀ ਦੇਖ ਸਕਦੇ, ਕੱਪੜੇ ਦੀ ਕੁਆਲਿਟੀ ਚੈੱਕ ਕਰੋ। ਲਓ ਜੀ ਖੀਰੀ ਪੱਠਾ ਬਈ ਜਮਾਨ, ਕਿੰਨੇ ਮਹੀਨੇ ਦੇ ਹੋਊ ਬਈ ਇਹ? ਇਹ ਹੋਊਗੀ ਵੀਰੇ 8 ਮਹੀਨਿਆਂ ਦੀ, 8 ਮਹੀਨਿਆਂ ਦੀ, ਹਾਂ 8-9 ਮਹੀਨਿਆਂ ਦੀ ਆਰਾਮ ਨਾਲ ਪੱਠ ਆ ਜੀ। ਲੈ ਵੀ 8-9 ਮਹੀਨੇ ਦੀ ਪੱਠ ਆ ਬਈ, ਚੰਗੀ ਕੁਆਲਿਟੀ ਹੈਗੀ, ਦੇਖ ਸਕਦੇ ਹੋਗੇ। ਕਰ ਦਿਓ ਸਿੰਗੀ ਚੈੱਕ ਕਰੋ ਜੀ, ਸਿੰਗੀ ਵਧੀਆ ਨਾ, ਬਰੀਕ ਸਿੰਗੀ ਆ ਨਾ। ਆਹ ਬੱਚਾ ਦੇਖੋ ਜੀ, ਲੈ ਵੀ ਆਹ ਦੇਖ ਸਕਦੇ ਹੋ ਗੁਲਾਬੀ ਚਾਂਬੜੀ, ਕੰਨ ਚੈੱਕ ਕਰੋ ਬਈ, ਪਿੰਕ ਸਕਿਨ ਦੇ ਵਿੱਚ ਹੈਗਾ, ਦੇਖ ਸਕਦੇ ਹੋ ਬੱਚਾ ਨਾ। ਬੱਬੂ ਦਿਖਾ ਦੇ ਸਮਾਰ ਕੇ, ਬੱਚਾ ਦਿਖਾ ਦੇ, ਲੈ ਲੈ ਸ਼ੇਰੀ ਆ ਗਈ ਬਈ, ਦਿਖਾ ਬੱਬੂ ਸ਼ੇਰੀ, ਚੈੱਕ ਕਰੋ ਜੀ, ਦੱਸ ਬਈ ਇਹਦੇ ਬਾਰੇ ਮੇਜਰ। ਇਹ ਜੀ ਇਹ ਛੇ ਦੰਦ ਆ ਜੀ, ਛੇ ਦੰਦ ਗੱਬਣ ਆ, ਛੇ ਦੰਦ ਆ ਗੱਬਣ ਆ ਗਈ। ਪੱਠ ਦੇ ਕੰਨ ਚੈੱਕ ਕਰੋ ਜੀ, ਹੁਣ ਹੁਣ ਵਾਲੇ ਸਮੇਂ 'ਚ ਐਡਾ ਕੰਨ ਹੀ ਨਹੀਂ ਲੱਗਦਾ ਜੀ। ਬੱਬੂ ਸਮਾਰ ਕੇ ਦਿਖਾ ਦੇ ਫੇਸ ਬਈ, ਲੈ ਦੇਖ ਸਕਦੇ ਬਈ, ਚੰਗੀ ਕੁਆਲਿਟੀ ਹੈਗੀ, ਕੰਨ ਬਹੁਤ ਲੱਗਿਆ ਹੋਇਆ ਹੈਗਾ। ਆਹ ਖੀਰਾ ਬੱਚਾ ਜੀ, ਲੋਹਾ ਖੀਰਾ ਬੱਚਾ ਆ ਗਿਆ ਲੋਹਾ, ਵੀ ਕਿੰਨੇ ਮਹੀਨੇ ਦਾ ਹੋ ਗਿਆ ਬਈ ਇਹ? ਇਹ ਵੀਰੇ ਸਾਰੇ 7 ਮਹੀਨਿਆਂ ਦਾ ਬੱਚਾ ਜੀ, 7 ਮਹੀਨੇ ਦਾ ਬੱਚਾ। ਸਮਾਰ ਕੇ ਦਿਖਾਈ ਘੁਮਾ ਕੇ ਇਹਨੂੰ ਮਾਣਾ ਜਾ, ਲਓ ਜੀ ਪਿਆਰ ਨਾ ਛੱਡ ਦੇ ਬਈ। ਲੈ ਵੀ ਅਗਲਾ ਪੱਠ ਚੈੱਕ ਕਰੋ ਜੀ, ਲੈ ਵੀ ਪੱਠ ਦੇਖੋ ਤੁਸੀਂ, ਦੋ ਦੰਦ ਆ ਬਈ, ਨਾਗਰੀ ਆ ਗਈ ਬਈ, ਸੋਰੀ ਛੇ ਦੰਦ ਆ, ਛੇ ਦੰਦ ਚੈੱਕ ਕਰੋ ਪੱਠ ਦੇ ਕੰਨ, ਛੇ ਦੰਦ ਪੱਠ ਆ ਵੀ, ਕੰਨ ਕੋਨੂੰ ਦੇਖ ਸਕਦੇ ਹੋ ਹੈ ਨਾ, ਲੰਬੇ ਲੰਬੇ ਕੰਨ ਨੇ ਬਈ, ਦੇਖੋ ਨਾਗਰੇ ਆ ਗਈ, ਚੰਗੀ ਆ ਬਈ ਦੇਖ ਸਕਦੇ। ਗੱਬਣ ਤਾਂ ਨਹੀਂ ਹੈਗੀ? ਨਾ ਨਾ ਗੱਬਣ ਨਹੀਂ ਹੈਗੀ ਵੀਰੇ, ਇਹ ਖਾਲੀ ਆ, ਖਾਲੀ ਆ ਜੀ, ਤੇ ਗੱਬਣ ਹਜੇ ਕਰਾਈ ਨਹੀਂ ਆ, ਇਹਨੂੰ 8 ਦੰਦ ਤੇ ਕਰਾਵਾਂਗੇ ਬਈ। ਹਾਂਜੀ ਲੈ ਵੀ ਆ ਜਾ, ਦੱਸ ਵੀ ਇਹਦੇ ਬਾਰੇ ਵਿੱਚ ਚੈੱਕ ਕਰੋ ਜੀ। ਖੀਰਾ ਬੱਚੀ ਆਈ ਹਜੇ ਤਾਂ, ਇਹ ਪੱਠਾ ਕਾ ਬੱਕਰਾ ਹੈ? ਪੱਠਾ ਜੀ, ਪੱਠਾ 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 ਬਈ, ਉਧਰੋਂ ਮੂਹਰੋਂ ਘੇਰ ਲਾ, ਮੂਹਰੋਂ ਉਧਰ ਅੱਗੇ ਨਾ ਜਾਣ, ਉਧਰ ਨੂੰ ਐ ਨਾ ਡੱਕਰ ਨਾ। ਲੈ ਵੀ ਖੀਰੀ ਪੱਠਾ ਦੇਖ ਸਕਦੇ ਹੋ ਨਾ, ਉਧਰੋਂ ਅੱਗੇ ਮੁੜ ਰਹੇ ਆ ਉਧਰ, ਸੋਹਣੀ ਆ ਬਈ ਦੇਖ ਸਕਦੇ। ਦੱਸ ਬਈ ਇਹਦੇ ਬਾਰੇ, ਆਹ ਚੈੱਕ ਕਰੋ ਜੀ, ਦੋ ਦੰਦ ਪੱਠ। ਲੈ ਵੀ ਦੋ ਦੰਦ ਪੱਠ, ਇਹ ਉਹਦੇ ਵਰਗੀ ਆ ਨਾ, ਹਾਂ ਜਿਹੜੀ ਪਹਿਲਾਂ ਦੇਖੀ ਤੇ ਆਪਾਂ ਨੇ। ਲੈ ਵੀ ਨਾਗਰੀ ਆ ਗਈ, ਨਾਗਰੀ ਡੱਬੀ ਜੀ ਆ ਗਈ, ਦੋ ਦੰਦ ਪੱਠ ਆ ਬਈ। ਹਾਈਟ ਚੈੱਕ ਕਰੋ ਜੀ ਬੇਲ ਇਹਦੀ, ਇਹ ਵੇਚਣ ਵਾਸਤੇ ਹੈਗੀਆਂ ਨੇ ਬਈ ਸਾਰੀਆਂ? ਇਹਦੇ ਚੋਂ ਬਈ ਕੋਈ ਵਧੀਆ ਕੋਈ ਹੋਇਆ ਬੰਦਾ ਚਾਹ ਪਾਣ,
ਵੀ ਜਿਹਨੇ ਕੁਆਲਿਟੀ ਦੇ ਉੱਤੇ ਮੇਰੇ ਭੈਣ ਭਾਈ ਨੇ ਕੰਮ ਕਰਨਾ ਉਹ ਆਪਾਂ ਨੂੰ ਫੋਨ ਲਾ ਸਕਦਾ ਗਾ। ਠੀਕ ਹੈ ਜੀ। ਪਰ ਬਰੀਡ ਆ ਜਿਹੜੀ, ਚਲੋ ਮੇਰੀ ਆਪਣੀ ਸੋਚ ਆ, ਜਿੱਥੋਂ ਤੱਕਰ ਵੀ ਮੇਰੀ ਆਪਦੀ ਬਰੀਡ ਆ ਜਿਹੜੀ, ਇਹ ਉਹ ਬੱਕਰੀਆਂ ਨੇ ਜੀ ਜਿਹੜੀਆਂ ਸਾਰੀਆਂ ਸੋਨਾ ਸਾਂਭ ਕੇ ਰੱਖਿਆ ਹੋਇਆ। ਠੀਕ ਹੈ ਜੀ। ਜੇ ਕੋਈ ਮੇਰਾ ਭੈਣ ਭਾਈ ਆਪਦਾ ਕੋਈ ਫੋਨ ਲਾਉਣਾ ਚਾਹੂਗਾ, ਕੋਈ ਆਪਦਾ ਵਧੀਆ ਪੈਸੇ ਲਾਉਣ ਵਾਲਾ, ਚੱਲ ਪੈਸੇ ਤਾਂ ਸਾਰੇ ਬੰਦੇ ਲਾ ਆਉਂਦੇ ਨੇ, ਸਹੀ ਗੱਲ ਆ, ਪਰ ਚੀਜ਼ ਮਿਲਣੀ ਚਾਹੀਦੀ ਆ ਤੇ ਸਾਹਮਣ ਵਾਲਾ ਬੰਦਾ ਹੋਵੇ। ਤੇ ਇੱਧਰ ਬਾਈ ਜੀ, ਇੱਧਰ ਮਾਰ ਦੇ ਕੈਮਰਾ ਤੇ ਦੇਖ ਸਕਦੇ ਬਾਈ ਜੀ, ਫਾਰਮ ਇੱਧਰ ਬਾਈ ਦਾ ਬਣੀ ਜਾਂਦਾ। ਆ ਜਾਓ, ਤੁਹਾਨੂੰ ਆਪਾਂ ਇਹ ਜੋ ਪ੍ਰੋਬਲਮ ਆ ਕਿਹੜੀ ਕਿਹੜੀ ਆਉਂਦੇ ਨੇ ਇੱਧਰ ਬਾਈ, ਇਹ ਉਹ ਬੱਕਰੀਆਂ ਲੈ ਕੇ ਆਉਂਦੇ ਨੇ, ਤੁਹਾਨੂੰ ਮੈਂ ਫਾਰਮ ਦਿਖਾਉਣਾ, ਇੱਕ ਮਿੰਟ ਪੁੱਤ। ਇਹ ਜੋ ਪ੍ਰੋਬਲਮ ਆ ਕਿਹੜੀ ਕਿਹੜੀ ਆਉਂਦੀਆਂ ਨੇ ਬਾਈ? ਇਹਦੇ 'ਚ ਜ਼ਿਆਦਾਤਰ ਤਾਂ ਜੀ PPR ਦੀ ਪ੍ਰੋਬਲਮ ਆਉਂਦੀ ਆ। ਕਦੋਂ ਆਉਂਦੀ ਹੁੰਦੀ, ਕਿਹੜਾ ਮਹੀਨਾ ਜੇ ਆਪਾਂ ਮੰਨ ਸਕਦੇ ਵੀ ਮਹੀਨੇ? ਉਹ ਮਹੀਨੇ ਨੂੰ ਦੇਖ ਕੇ ਨਹੀਂ ਦਰਸੇਮ ਆਉਂਦੀ ਹੁੰਦੀ, ਉਹ ਮਹੀਨੇ ਦਾ ਨਹੀਂ ਕੋਈ ਉਹ ਹੁੰਦਾ, ਇਸ਼ੂ ਹੁੰਦਾ। ਉਹ ਕਾਰਨ ਕੀ ਹੁੰਦਾ ਜੀ, ਜਦੋਂ ਆਪਾਂ ਮੰਡੀਆਂ 'ਤੇ ਵਗ ਜਾਂਦੇ ਹਾਂ, ਮੰਡੀਆਂ 'ਚੋਂ ਸੇਲ ਪਰਚੇਜ ਹੋਣ ਲੱਗ ਜਾਂਦੀ ਆ, ਕੋਈ ਜਿਹੜੇ ਡੰਗਰ ਨੇ ਆਪਾਂ, ਜਿਹੜੀਆਂ ਪੰਜਾਬ ਦੀਆਂ ਮੰਡੀਆਂ ਨੇ ਇਹ ਤਾਂ ਬਹੁਤ ਘੱਟ ਆ। ਠੀਕ ਆ। ਜਿਹੜੀਆਂ ਵਾਲਾ ਸਾਈਡ ਮੰਡੀਆਂ ਲੱਗਦੀਆਂ ਨੇ ਹਰਿਆਣਾ ਸਾਈਡ, ਉੱਧਰ 90% ਕਾਟੂ ਮਾਲ ਆ। ਠੀਕ ਆ। ਉੱਧਰ ਲਾਗ ਦਾ ਰੋਗ ਆ, ਇਹ ਲਾਗ ਦਾ ਰੋਗ ਆ, ਇਹ ਉੱਧਰੋਂ ਆਉਂਦਾ। ਅੱਛਾ, ਉੱਧਰੋਂ ਆਉਂਦਾ, ਆਪਣੇ ਨਹੀਂ ਹੈ। ਇਹ ਜਦੋਂ ਲਾਗ ਦਾ ਰੋਗ ਆ ਆਪਣੇ ਆ ਰਿਹਾ ਗਾ, ਇਹਨੂੰ ਕੰਟਰੋਲ ਕਰਨ ਦਾ ਇੱਕੋ ਹੀ ਤਰੀਕਾ ਆਪਾਂ ਵਰਤ ਸਕਦੇ ਹਾਂ। ਹਾਂਜੀ। ਜੇ ਚਲੋ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹਦਾ ਆਪਾਂ ਚਾਨਣਾ ਵੀ ਪਾ ਦਾਂਗੇ, ਤੇ ਇਹਨੂੰ ਆਪਾਂ ਵੱਧ ਤੋਂ ਵੱਧ ਸਫਾਈ ਰੱਖੋ ਥੱਲੇ। ਠੀਕ ਆ। ਜੇ ਕਲੀ ਪਾਉਂਦੇ ਰਹੋ, ਜਿਹੜੀ ਬੱਕਰੀ ਨੂੰ ਹੋਊਗੀ ਉਹਨੂੰ ਆਪਾਂ ਲੈਦਾ ਤੋਂ ਕਰ ਦਿਓ। ਠੀਕ ਆ। ਉਹਨੂੰ ਆਪਾਂ ਇਕੱਠੀ ਨਾ ਰੱਖੋ, ਉਹਨੂੰ ਲੈਦਾ ਤੋਂ ਰੱਖੋ। ਲੈ ਵੀ ਦੇਖ ਸਕਦੇ ਹੋ, ਇੱਧਰ ਬਣੀ ਜਾਂਦਾ ਗਾ ਬਾਈ ਦਾ ਫਾਰਮ। ਹਾਂਜੀ ਬਾਈ, ਦੇਖ ਸਕਦੇ ਹੋ। ਕਿਵੇਂ ਜੇ ਬਾਈ ਇਹ ਹੋ ਗਈ ਵਿਉਂਤਬੰਦੀ, ਕਿਵੇਂ ਬਣਾਈ ਹੋਈ ਇਹਦੀ ਵਿਉਂਤਬੰਦੀ? ਇਹ ਆ ਤਰਸੇਮ, ਇਹ ਬਈ ਲੰਬਾਈ ਚੜਾਈ ਆਪਾਂ ਨੇ ਖੁੱਲੇ ਹੀ ਰੱਖਿਆ ਕੰਮ, ਇਹ ਕਿਉਂਕਿ ਪੈਲੀ ਆਪਦੀ ਆ, ਇਕੱਲਾ ਅੰਦਰ ਹੀ ਰੱਖਣਾ ਉਰੇ ਇਕੱਲਾ ਨਾ, ਅੰਦਰ ਵਾਲਾ ਸਿਸਟਮ ਆਪਾਂ ਨੇ ਇਹ ਆ ਵੀ ਗਾਹਾਂ ਜਿਵੇਂ ਸਰਦੀਆਂ ਆ ਰਹੀਆਂ ਨੇ, ਇਹਦੇ ਵਿੱਚ ਇਹਨਾਂ ਦਾ ਸਿਆਲ ਵਾਲਾ ਮਾਲ ਪੱਤਾ ਆਊਗਾ, ਇਹਦੇ ਵਿੱਚ ਮਾਲ ਪੱਤਾ ਆਊਗਾ। ਇਹ ਚ ਬੱਕਰੀਆਂ ਰੱਖਣੀਆਂ? ਬੱਕਰੀਆਂ ਵਾਲਾ ਤਾਂ ਹਜੇ ਬਣਨਾ ਹੈ। ਅੱਛਾ, ਉਹ ਕਿੱਥੇ ਬਣਨਾ ਬਾਈ? ਇਹ ਤਾਂ ਹਜੇ ਘੱਟੋ ਘੱਟ ਜੀ ਨਾ, ਚਲੋ ਪਰਮਾਤਮਾ ਨੂੰ ਇੱਧਰ ਮਾਰ ਕੇ ਇੱਟ ਕੰਨੀ ਨੇਗਾ, ਇੱਧਰ ਦੇਖ ਲਓ, ਇੱਧਰ ਆ ਮਿੱਟੀ ਚੈੱਕ ਕਰ ਲਓ, ਇਹ ਘੱਟੋ ਘੱਟ ਬਾਈ 3-4 ਲੱਖ ਤਾਂ ਇੱਟ ਲੱਗੂਗੀ ਹਜੇ। ਅੱਛਾ ਜੀ। ਹਾਂ, ਪਰਮਾਤਮਾ ਨੇ ਚਾਹਿਆ ਜਦੋਂ ਆਪਣਾ ਪੂਰਾ ਐਨ ਤਿਆਰੀ ਤੇ ਹੋਇਆ, ਹਜੇ ਸਟਾਰਟਿੰਗ ਆ, ਫਿਰ ਆਪਾਂ ਤੁਹਾਨੂੰ ਸੱਦਾਂਗੇ। ਲੈ ਵੀ ਇੱਥੇ ਜਿਹੜਾ ਬਾਈ ਦਾ ਫਾਰਮ ਹੈ, ਇੰਨੀ ਥਾਂ 'ਚ ਬਣਨਾ ਗਾ? ਆਹ ਤਰਸੇਮ ਜਿੰਨੀ ਆਪਣੀ ਹਰੇ ਬਾਈ ਤੋਂ ਬਗੈਰ ਪੈਲੀ ਪਈ ਆ ਬਾਈ, ਇਹ ਸਾਰੀ ਆਪਣੀ ਹੋ ਆ, ਉਹ ਜਿੱਥੇ ਪਿੰਡ ਦੇ ਉਹ ਘਰ ਦੇਖ ਰਹੇ ਨੇ ਉੱਥੇ ਤੱਕਰ ਵੀਰੇ ਆਪਣੀ ਹੋਈ ਆ। ਠੀਕ ਆ। ਹਾਂ ਚਲੋ, ਇਹ ਤਾਂ ਹਜੇ ਸ਼ੁਰੂਆਤਾਂ ਨੇ, ਅੱਗੇ ਪਰਮਾਤਮਾ ਸਮਾਂ ਲਿਆਊਗਾ। ਕਈਆਂ ਦੇ ਵਹਿਮ ਤੀਗੇ, ਉਹ ਹੁਣ ਕਹਿੰਦੇ ਸੀ ਵੀ ਬੱਕਰੀਆਂ 'ਚੋਂ ਕੀ ਕਰ ਲੈਣਗੇ, ਕੀ ਬਣੂਗਾ, ਉਹ ਹੁਣ ਵਹਿਮ ਠੀਕ ਆ ਕੱਢਣੇ ਨੇ, ਉਹ ਤਾਂ ਨਿਕਲ ਹੀ ਗਏ ਜੀ, ਨਿਕਲ ਗਏ ਕਈਆਂ ਦੇ ਨਿਕਲ ਜਾਣਗੇ। ਠੀਕ ਆ। ਠੀਕ ਆ। ਕਈ ਬੰਦੇ ਕਹਿੰਦੇ ਸੀਗੇ ਮੇਜਰ ਦਾ ਫਾਰਮ ਦੂਜਾ ਨਹੀਂ ਦੇਖਿਆ ਸੀਗਾ, ਉਹ ਦੂਰ ਸੀਗਾ ਤਰਸੇਮ, ਇਹਦੇ ਕਰਕੇ ਫਿਰ ਇਹ ਆਪਾਂ ਨੇ ਪਿੰਡ ਦੇ ਨੇੜੇ ਲਿਆਂਦਾ। ਠੀਕ ਆ ਜੀ। ਤਾਂ ਕਰਕੇ ਵੀ ਚਲੋ ਆਪਦੇ ਭੈਣ ਭਾਈਆਂ ਨੂੰ, ਨਾਲ ਤਾਂ ਹੁਣ ਜਿਹੜੇ ਦੂਰੋਂ ਆਉਂਦੇ ਨੇ, ਹੁਣ ਰਾਤ ਜਦੋਂ ਕੱਟਣੀ ਪੈਂਦੀ ਆ ਦੂਰ, ਔਖਾ ਹੋ ਜਾਂਦਾ ਨਾ, ਔਖਾ ਹੋ ਜਾਂਦਾ। ਸਹੀ ਗੱਲ ਹੈ। ਤੇ ਹੁਣ ਆਪਦਾ ਜਦੋਂ ਮਰਜ਼ੀ ਰਾਤ ਨੂੰ ਉਰੇ ਰਹਿਸ ਦਾ ਕਰਕੇ ਸਿਸਟਮ, ਉਰੇ ਰਹਿਣ ਦਾ ਪੂਰਾ ਪ੍ਰਬੰਧ ਹੋਊਗਾ, ਰੋਟੀ ਪਾਣੀ ਦਾ ਪੂਰਾ ਪ੍ਰਬੰਧ ਹੋਊਗਾ। ਠੀਕ ਹੈ ਜੀ।
ਇੱਕ ਆਪਾਂ ਹੁਣ ਟ੍ਰੇਨਿੰਗ ਆ ਜਿਹੜੀ ਫ੍ਰੀ ਆਫ ਕੋਸਟ ਲਾਇਆ ਕਰਾਂਗੇ। ਫ੍ਰੀ ਟ੍ਰੇਨਿੰਗ? ਫ੍ਰੀ ਟ੍ਰੇਨਿੰਗ ਜੀ। ਲੈ ਵੀ ਦੇਖ ਸਕਦਾ ਮੇਜਰ ਬਾਈ ਲੱਗਿਆ ਫ੍ਰੀ ਟ੍ਰੇਨਿੰਗ ਦੇਣ ਨੂੰ। ਤੇ ਆਪਾਂ ਕੋਈ ਰੋਟੀ ਪਾਣੀ ਦਾ ਨਹੀਂ ਚਾਰਜ ਕਰਨਾ, ਕਿਸੇ ਦਾ ਚਾਰਜ ਨਹੀਂ ਕਰਨਾ। ਅੱਛਾ। ਪਰ ਬੰਦਾ ਚੱਲ ਕੇ ਆ ਜੇ ਆਪਣੇ ਕੋਲੇ। ਚੱਲ ਕੇ ਆ ਜੇ, ਹਾਂ, ਬਾਕੀ ਆਪਣਾ ਸਾਰੀ ਸਿਰਦਰਦੀ ਆਪਣੀ ਹੋਊਗੀ। ਚੱਲ ਮੇਜਰ ਬਾਈ, ਐਂਡ ਵਾਲੀ ਗੱਲ ਆ ਗਈ ਨਾ। ਹਾਂਜੀ ਬਾਈ। ਕਿਹੜਾ ਕਿਹੜਾ ਬਾਈ ਤੇਰੀ ਇਹਦੇ ਵਿੱਚ ਹੈਲਪ ਕਰ ਰਿਹਾ ਹੈਗਾ? ਹੈਲਪ ਤਾਂ ਬਈ ਸਾਡੇ ਏਰੀਏ ਦਾ ਸਭ ਤੋਂ ਪੁਰਾਣਾ ਪਾਲੀ ਆ ਜਿਹੜਾ, ਉਹ ਇੱਧਰ ਆਪਣਾ ਭਾਈ ਖੜਾ ਹੈਗਾ ਜੱਗਾ। ਬੱਬੂ ਇਹ ਐ ਹਿਸਾਬ ਲਾ ਲਾ ਵੀ ਤਰਸੇਮ ਵੀਰੇ, ਸਾਡੇ ਜਨਮ ਦੇ ਨੇੜ ਤੇੜ ਦਾ ਇਹ ਇਹਨਾਂ ਦਾ ਬੱਕਰੀਆਂ ਦਾ ਕੰਮ ਆ। ਠੀਕ ਆ ਇਹਨਾਂ ਦਾ। ਚਲੋ ਇਹਨਾਂ ਦੇ ਜਾਂ ਸਾਡੇ ਜਨਮ ਜਦੋਂ ਐਂ ਮੰਨ ਲਾ ਵੀ ਅਸੀਂ ਜਨਮ ਹੋਏ ਤੇ ਗਏ, ਐਂ ਮੰਨ ਲਾ ਵੀ ਉਦੋਂ ਅਸੀਂ 10 ਸਾਲਾਂ ਦੇ ਹੋਵਾਂਗੇ, 12 ਦੇ ਹੋਵਾਂਗੇ, ਉਦੋਂ ਇਹ ਜਵਾਨੀ 'ਚ ਪੂਰੀਆਂ ਇਹਨਾਂ ਕੋਲੇ 100 ਤੋਂ 200 ਬੱਕਰੀ ਦਾ ਕੰਮ ਹੁੰਦਾ ਸੀ। ਠੀਕ ਆ। ਇਹਨਾਂ ਦੇ ਘਰੇ ਬਈ 10 ਤੋਂ ਲੈ ਕੇ 15 ਪਾਲੀ ਸਵੇਰੇ 6 ਵਜਦੇ ਨੂੰ ਚਾਹ ਪੀਣ ਵਾਲੇ ਬੈਠੇ ਹੁੰਦੇ ਸੀ। ਠੀਕ ਆ ਜੀ। ਜਿਹੜੇ ਬੰਦਿਆਂ ਨੇ ਦੇਖੇ ਨੇ ਵੀਰੇ, ਉਹ ਕਮੈਂਟ ਜ਼ਰੂਰ ਕਰਿਓ। ਹਾਂ ਸਹੀ ਗੱਲ। ਚਲੋ ਆਪਣੇ ਪਾਲੀ ਨੇ ਜਿਹੜੇ ਵਿਚਾਰਿਆਂ ਕੋਲੇ ਮੋਬਾਈਲ ਤਾਂ ਨਹੀਂ ਹੈਗੇ, ਜਿਹੜੇ ਪੁਰਾਣੇ ਪਾਲੀ ਨੇ, ਇਹ ਜਦੋਂ ਮੇਲੇ ਤੇ ਜਾਂਦੇ ਹੁੰਦੇ ਤੇ ਅਗਲਾ ਐਂ ਕਹਿੰਦਾ ਹੁੰਦਾ ਸੀ ਜੱਗੇ ਉਰੀ ਮੇਲੇ ਤੇ ਬਈ ਆ ਗਏ, ਆਪਣੇ ਕੋਟ ਦਾ ਮੇਲਾ ਲੱਗਦਾ ਹੁੰਦਾ ਸੀ। ਚੌਂਕੀ ਭਰਦੀ ਆ ਬਹੁਤ ਡਬਲ ਮੱਲਾ ਦਾ ਆ ਹੁਣ ਜਿਹੜਾ ਆਉਣਾ ਵੀਰਵਾਰ, ਇਸੇ ਨੂੰ ਚੌਂਕੀ ਆ, ਬੱਕਰੀਆਂ ਦਾ ਮੇਲਾ ਭਰੂਗਾ ਉਹ। ਠੀਕ ਆ। ਬਹੁਤ ਵੱਡਾ ਮੇਲਾ ਹੁੰਦਾ ਉਹ, ਤੇ ਇਹ ਆਪਣੀ ਪੂਰੀ ਬਈ ਮਦਦ ਕਰਦਾ, ਤੇ ਉਹ ਤੁਹਾਨੂੰ ਪਤਾ ਹੀ ਆ ਵੀ ਜਪਾਨ ਦਾ ਪੁਰਜਾ ਉਹ ਆਪਣੇ ਨਾਲ ਹੀ ਹੁੰਦਾ। ਠੀਕ ਆ। ਬਾਕੀ ਆਪਣੇ ਪਰਿਵਾਰ ਦੀ ਵੀਰੇ ਫੁੱਲ ਸਪੋਰਟ ਆ। ਠੀਕ ਆ। ਮੈਂ ਤਾਂ ਤੁਹਾਨੂੰ ਪਤਾ ਬਾਹਰ ਅੰਦਰ ਵਾਲਾ ਜ਼ਿਆਦੇ ਆ। ਠੀਕ ਆ ਜੀ। ਟੱਬਰ ਵੱਧ ਸਾਂਭਦਾ ਆਪਣਾ। ਬਾਕੀ ਇਹ ਬਾਈ ਆ, ਇਹਦੇ ਕੋਲੇ ਵੀ ਬੱਕਰੀਆਂ ਹੈਗੀਆਂ ਨੇ ਹੁਣ 40 ਤੋਂ 45 ਆਪਦੀਆਂ ਬੱਕਰੀਆਂ ਨੇ ਇਹਦੇ ਘਰੇ। ਠੀਕ ਆ। ਤੇ ਉਹ ਹਜੇ ਆਪਾਂ ਨੇ ਲਿਆਂਦੀਆਂ ਨੀ ਗੀਆਂ। ਚਲੋ ਤੇ ਠੀਕ ਆ ਮੇਜਰ ਬਾਈ। ਓਕੇ ਬਾਈ, ਧੰਨਵਾਦ ਕਰਦੇ ਬਾਈ ਤੁਹਾਡਾ। ਮੜੀਆਂ ਜਾਂ ਬੱਕਰੀਆਂ ਕੰਨੀ ਮਾਰ ਦਿਓ ਮੜੀ ਜੀ ਬੱਕਰੀਆਂ ਨੂੰ ਵੀਡੀਓ। ਕੋਈ ਗੱਲ ਨੀ, ਆਪਾਂ ਦਿਖਾ ਦਾਂਗੇ। ਠੀਕ ਆ ਬਾਈ ਜੀ। ਵੀਡੀਓ ਕਿਵੇਂ ਲੱਗੀ ਬਾਈ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ। ਠੀਕ ਆ ਜੀ। ਅਤੇ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਈ ਜੀ। ਠੀਕ ਆ ਜੀ। ਹੋਰ ਵੀਡੀਓ ਆਉਣਗੇ ਤੁਹਾਡੇ ਤੱਕ ਲੈ ਕੇ ਆਵਾਂਗੇ, ਨਵੇਂ ਨਵੇਂ ਬੰਦਿਆਂ ਨੂੰ ਨਵੇਂ ਨਵੇਂ ਤਜਰਬੇ ਤੁਹਾਡੇ ਦੇ। ਨੰਬਰ ਆਪਣਾ ਸਕਰੀਨ 'ਤੇ ਤੁਸੀਂ ਲਾ ਦਿਓ। ਨੰਬਰ ਲਾ ਦਾਂਗੇ ਬਾਈ। ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਹੈਲਪ ਲੈਣੀ ਹੋਵੇ ਤਾਂ ਤੁਸੀਂ ਮੇਜਰ ਬਾਈ ਨਾਲ ਸੰਪਰਕ ਕਰ। ਨੰਬਰ ਵੀ ਆਪਾਂ ਇੱਕ ਵਾਰੀ ਬੋਲ ਦਿੰਦੇ ਹਾਂ, 9876-6668-6640 ਬਾਈ। 9876-6668 ਬਾਈ, 6640 ਆਪਣਾ ਨੰਬਰ ਆ। ਠੀਕ ਆ ਜੀ। ਜਦੋਂ ਮਰਜ਼ੀ ਚਾਹੇ ਰਾਤ ਨੂੰ 2 ਵਜੇ ਫੋਨ ਕਰੋ ਤਾਂ ਵੀ ਕੋਈ ਦਿੱਕਤ ਨਹੀਂ ਵੀਰੇ। ਠੀਕ ਹੈ ਮੇਜਰ ਬਾਈ। ਉਸ ਠੀਕ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ।